ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸ਼ਬਦ ਸਿੱਖਾਂਗੇ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਮੰਦਰ ਸਪਤਕ ਦੇ ਚੌਥੇ ਕਾਲੇ ਤੋਂ, ਮੇਰੀਆਂ ਭੈਣਾਂ ਦੇ ਸਕੇਲ ਤੋਂ ਅਤੇ ਛੋਟੇ ਬੱਚਿਆਂ ਦੇ ਸਕੇਲ ਤੋਂ ਆਪਾਂ ਇਸ ਰੀਤ ਨੂੰ ਸਿੱਖਣਾ ਹੈ। ਵੀਰਾਂ ਦੇ ਸਕੇਲ ਤੋਂ, ਦੂਸਰੇ ਕਾਲੇ ਤੋਂ ਵੀ ਇਸ ਰੀਤ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਉਸਦਾ ਲਿੰਕ ਦੇਖ ਸਕਦੇ ਹੋ। ਬੇਸਿਕ ਇਹ ਜਿਹੜੀ ਰੀਤ ਹੈ ਆਸਾ ਰਾਗ ਦੇ ਵਿੱਚ ਕੰਪੋਜ਼ ਕੀਤੀ ਗਈ ਹੈ। ਆਸਾ ਰਾਗ ਦੇ ਸਵਰ ਸਾਰੇ ਸ਼ੁੱਧ ਸਵਰ ਹਨ। ਆਸਾ ਰਾਗ ਦੇ ਅਰੋਹ ਕਰਦੇ ਹਨ, ਸਾ ਰੇ ਮਾ ਪਾ ਧਾ ਸਾ, ਠੀਕ ਹੈ। ਗਾ ਤੇ ਨੀ ਵਰਜਿਤ ਹੁੰਦਾ ਹੈ, ਅਵਰੋਚ ਸਾ ਨੀ ਦਾ ਪਾ ਮਾ ਗਾ ਰੇ ਸਾ ਰੇ ਗਾ ਸਾ। ਆਸਾ ਰਾਗ ਦੇ ਸਵਰ ਹੁਣ ਅਸਥਾਈ ਅਤੇ ਅੰਤਰਾ, ਅਸਥਾਈ ਦੀ ਸਥਾਈ ਨੂੰ ਮੈਂ ਗਾਇਨ ਕਰਕੇ ਦੱਸਾਂਗਾ ਤੇ ਉਸਦੀ ਸਰਗਮ, ਫਿਰ ਉਸ ਤੋਂ ਬਾਅਦ ਅੰਤਰਾ, ਅੰਤਰੇ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰ ਸਲੋ ਸਲੋ ਵਜਾ ਕੇ ਦੱਸਾਂਗਾ। ਜਿਨ੍ਹਾਂ ਨੇ ਤਬਲੇ ਦੀ ਤਾਲ ਦੇ ਨਾਲ, ਕਹਿਰਵੀ ਤਾਲ ਦੇ ਨਾਲ ਇਹ ਸ਼ਬਦ ਨੂੰ ਸੁਣਨਾ ਹੈ, ਮੈਂ ਵੀਰਾਂ ਦੇ ਸਕੇਲ ਤੋਂ ਇਸ ਸ਼ਬਦ ਨੂੰ ਤਬਲੇ ਦੀ ਤਾਲ, ਕਹਿਰਵੀ ਤਾਲ ਦੇ ਨਾਲ ਸੰਪੂਰਨ ਗਾਇਨ ਕੀਤਾ ਜੀ। ਉਸਨੂੰ ਲਿੰਕ ਨੂੰ ਟੱਚ ਕਰਕੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ, ਸੁਣ ਸਕਦੇ ਹੋ। ਅਸਥਾਈ ਸ਼ੁਰੂ ਕਰਦੇ ਹਾਂ। ਸੋ ਕਿਉਂ ਵਿਸਰੈ ਮੇਰੀ, ਇਹਦੇ ਨੀਚੇ ਸ਼ਬਦ ਸੋ ਕਿਉਂ ਵਿਸਰੈ ਮੇਰੀ ਮਾਏ। ਨੈਕਸਟ ਲਾਈਨ ਸਾਚਾ ਸਾਹਿਬ ਸਾਚੇ ਨਾਏ, ਸਰਗਮ ਪਾ 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 ਧਾ ਪਾ ਮਾ ਗਾ ਰੇ ਮਾ ਗਾ 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 ਗਾ। ਇਹਦੇ ਨੀਚੇ ਸ਼ਬਦ ਸਾਚਾ ਸਾਹਿਬ ਸਾਚੇ ਨਾਏ, ਸੋ ਕਿਉਂ ਵਿਸਰੈ ਮੇਰੀ ਮਾਏ। ਅੰਤਰਾ ਆਖਾਂ ਜੀਵਾਂ ਵਿਸਰੈ ਮਰ ਜਾਓ। ਇਸ ਦੀ ਸਰਗਮ ਪਾਧਾ ਪਾਧਾ ਧਾ ਸਾ ਸਾ ਨੀ ਧਾ ਪਾ ਪਾ ਨੀ ਧਾ ਨੀ ਧਾ ਪਾ। ਧਿਆਨ ਨਾਲ ਸਰਗਮ ਨੂੰ ਦੇਖਣਾ ਹੈ। ਇਸ
ਸਰਗਮ ਤੇ ਹੀ ਸਾਰੇ ਅੰਤਰੇ ਲੱਗਣੇ ਹਨ। ਠੀਕ ਹੈ, ਪਾ ਧਾ ਪਾ ਧਾ ਸਾ 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 ਨੀ ਧਾ ਪਾ ਪਾ ਨੀ ਧਾ ਨੀ ਧਾ ਪਾ। ਇਸ ਤੇ ਸ਼ਬਦ ਦੇ ਬੋਲ ਆਖਾਂ ਜੀਵਾਂ ਵਿਸਰੇ ਮਰ ਜਾਓ। ਨੈਕਸਟ ਲਾਈਨ ਆਖਣਿਓ ਖਾ ਸਾਚਾ ਨਾਮ। ਇਹਦੀ ਸਰਗਮ ਧਾ 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 ਪਾ ਧਾ ਸਾ ਨੀ ਧਾ ਪਾ ਪਾ ਧਾ ਪਾ ਮਾ ਪਾ ਮਾ ਗਾ ਰੇ ਸਾਰੇ ਸਾ ਸਾ। ਇਸ ਦੇ ਸ਼ਬਦ ਆਖਣਿਓ ਖਾ ਸਾਚਾ ਨਾਮ। ਨੈਕਸਟ ਲਾਈਨ ਇਸੀ ਅੰਤਰੇ ਦੀ ਸਾਚੇ ਨਾਮ ਕੀ ਲਾਗੇ ਭੂਖ। ਨੈਕਸਟ ਲਾਈਨ ਉਤ ਭੂਖੇ ਖਾਏ ਚੱਲੀਏ ਹੈ ਦੂਖ ਸੋ ਕਿਉਂ ਵਿਸਰੇ ਮੇਰੀ ਮਾਂ। ਦੂਸਰਾ ਅੰਤਰਾ ਸੇਮ ਸਰਗਮ ਸਾਚੇ ਨਾਮ ਕੀ ਤਿਲ ਵਡਿਆਈ। ਨੈਕਸਟ ਲਾਈਨ ਆਖ ਥਕੇ ਕੀਮਤ ਨਹੀਂ ਪਾਈ। ਦੂਸਰੇ ਅੰਦਰ ਦੂਸਰੀ ਲਾਈਨ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਸੋ ਕਿਉਂ ਵਿਸਰੇ। ਤੀਸਰਾ ਅੰਤਰਾ ਸੇਮ ਸਰਗਮ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੇ ਭੋਗ। ਤੀਸਰੇ ਅੰਤਰੇ ਦੀ ਦੂਸਰੀ ਲਾਈਨ ਗੁਣ ਇਹ ਹੋਰ ਨਾਹੀ ਕੋਏ ਗੁਣ ਇਹ ਹੋਰ ਨਾਹੀ ਕੋਏ। ਇੱਥੇ ਆਪਾਂ ਉੱਪਰ ਨੂੰ ਸੁਰਾਂ ਲੈ ਕੇ ਜਾਣੀ ਹੈ। ਠੀਕ ਹੈ, ਤੀਸਰੇ ਅੰਤਰੇ ਤੋਂ ਇਸਦੀ ਸਰਗਮ ਦੇਖੋ ਪਾ ਧਾ ਪਾ ਧਾ ਧਾ ਸਾ ਸਾ ਰੇ ਦੇ ਸਾ ਸਾ ਗਾ ਰੇ ਗਾ ਰੇ ਸਾ। ਇਸਦੇ ਸ਼ਬਦ ਗੁਣ ਏ ਹੋਰ ਨਾਹੀ ਕੋਏ। ਨੈਕਸਟ ਲਾਈਨ ਫਿਰ ਸੇਮ ਦੂਸਰੇ ਜਿਹੜੀ ਦੂਸਰੀ ਲਾਈਨ ਉਹੀ ਨਾ ਓ ਨਾ ਕੋ ਹੋਆ ਨਾ ਕੋ ਹੋਏ। ਲਾਸਟ ਅੰਤਰਾ ਸੇਮ ਸਰਗਮ ਜੇ ਵੰਡ ਆਪ ਤੇ ਵੰਡ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ। ਲਾਸਟ ਅੰਤਰੇ ਦੀ ਲਾਸਟ ਲਾਈਨ ਖਸਮ ਵਿਸਾਰ ਹੈ ਤੇ ਕਮ ਜਾਤ
ਨਾਨਕ ਨਾਵੇ ਬਾਜ ਸੁਨਾਤ ਸੋ ਕਿਉਂ ਵਿਸਰੇ ਮੇਰੀ ਮਾਏ ਸੋ ਕਿਉਂ ਵਿਸਰੇ ਮੇਰੀ ਮਾਏ ਮੇਰੀ ਮਾਏ ਮੇਰੀ ਮਾਏ ਇਹ ਸ਼ਬਦ ਸੰਪੂਰਨ ਦੀ ਸਰਗਮ ਦੱਸ ਦਿੱਤੀ ਗਈ ਹੈ ਰਹਿਰਾਸ ਸਾਹਿਬ ਜੀ ਦੇ ਵਿੱਚੋਂ ਇਹ ਸ਼ਬਦ ਹੈ ਅੰਤਰੇ ਦੀ ਸਰਗਮ ਅਤੇ ਅਸਥਾਈ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰੇ ਬਹੁਤ ਹੀ ਸਲੋ ਸਲੋ ਵਜਾ ਕੇ ਦੱਸ ਦਿੱਤੇ ਗਏ ਹਨ ਆਪ ਸਾਰੇ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਦੀ ਕਲਾਸਾਂ ਜੁਆਇਨ ਕਰਨੀਆਂ ਹਨ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਗਿਆ ਹੈ ਤੁਸੀਂ ਵਟਸਐਪ 'ਤੇ ਕੰਟੈਕਟ ਕਰਕੇ ਕੀਰਤਨ ਕਲਾਸਿਸ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਕਿਸੇ ਵੀ ਦੇਸ਼ 'ਚ ਹੋ ਘਰ ਬੈਠੇ ਹੀ ਗੁਰਬਾਣੀ ਕੀਰਤਨ ਕਲਾਸਿਸ ਜੁਆਇਨ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ